ਮੰਡੀ 'ਚ ਕੋਈ ਪੁਰਾਣਾ ਕਦੀ ਹੈਂਡ ਪੰਪ ਹੋਏਗਾ ਜਿਹੜਾ ਹੈਂਡ ਪੰਪ ਕੱਢ ਲਿਆ ਗਿਆ ਤਾਂ ਉਹਨੂੰ ਚੰਗੀ ਤਰ੍ਹਾਂ ਭਰਿਆ ਨਹੀਂ ਗਿਆ ਸੀ, ਜਿਹੜਾ ਖਾਲੀ ਸੀ ਮਿੱਟੀ ਤਾਂ ਸੀਗੀ ਉਹਦੇ ਨੀਚੇ ਪਰ ਉਹ ਨਜ਼ਰ ਨਹੀਂ ਆ ਰਿਹਾ ਸੀ। ਵਕਤ ਨਾਲ ਨਰਮ ਹੋ ਗਈ ਮਿੱਟੀ, ਉਹ ਨੀਚੇ ਚਲੀ ਗਈ, ਬੱਚਾ ਉੱਪਰ ਖੇਲ ਰਿਹਾ ਹੋਏਗਾ ਔਰ ਬੱਚਾ ਇੱਕਦਮ ਵਿੱਚ ਚਲਾ ਗਿਆ। ਬੱਚਾ ਤਕਰੀਬਨ 15 ਫਿਟ ਦੀ ਗਹਿਰਾਈ 'ਤੇ ਚਲਾ ਗਿਆ ਸੀ ਅਤੇ ਜਿਸ ਤਰ੍ਹਾਂ ਹੀ ਸਾਨੂੰ ਪਤਾ ਲੱਗਿਆ ਸੀ ਨਾਲ ਦੀ ਨਾਲ NDRF ਟੀਮ, ਆਰਮੀ ਟੀਮਸ, ਲਾਈਟਸ ਵਗੈਰਾ ਦਾ ਇੰਤਜ਼ਾਮ, ਸਾਰਾ ਇੰਤਜ਼ਾਮ ਕਰ ਲਿਆ ਸੀ। ਇਨ ਦਾ ਮੀਨ ਟਾਈਮ ਮੈਂ ਬੋਬਲੀ ਸਾਹਿਬ ਨੂੰ ਕਿਹਾ ਕਿ ਤੁਸੀਂ ਉੱਥੇ ਫਟਾਫਟ ਪਹੁੰਚੋ, ਜਾ ਕੇ ਜੋ ਵੀ ਫਾਇਰ ਵਾਲੇ ਹੈਗੇ ਜੇ ਉਹ ਕਰਕੇ JCB ਲਗਾ ਕੇ ਨਾਲ ਦੀ ਨਾਲ ਕਰੇ, ਸੋ ਦੈਟ ਫਸਟ ਏਡ ਅਸੀਂ ਉਹਨੂੰ ਦੇਣੀ ਸ਼ੁਰੂ ਕਰੀਏ, ਬਿਕੋਜ਼ ਅਸੀਂ ਨਾਲ ਦੀ ਨਾਲ ਉਹਦਾ ਆਕਸੀਜਨ ਦਾ ਇੰਤਜ਼ਾਮ, ਐਂਬੂਲੈਂਸ ਲਾਈਟ ਫੂਡ ਸਾਰੇ ਇੰਤਜ਼ਾਮ ਕਰ ਲਏ ਸੀ। ਕਮੀ ਹੈ ਕਿਧਰੇ ਕਿਧਰੇ ਕਿਤੇ ਕਿਸੇ ਲਾਪਰਵਾਹੀ ਨਜ਼ਰ ਆਈ ਹੈ ਇਸ? ਅਸੀਂ ਇਨਕੁਆਇਰੀ ਮੈਜਿਸਟਰੀਅਲ ਇਨਕੁਆਇਰੀ ਮੰਗ ਕਰਦੇ ਹਾਂ ਜੀ, SDM ਸਾਹਿਬ ਇਨਕੁਆਇਰੀ ਕਰਕੇ ਦੱਸਣਗੇ ਜੇ ਕਿਸੇ ਦੀ ਇੱਥੇ ਹੈਗੀ ਕਮੀ, ਅਸੀਂ ਰਿਸਪੋਂਸਿਬਿਲਟੀ ਵਿਲ ਬੀ ਫਿਕਸ ਐਂਡ ਐਕਸ਼ਨ ਵਿਲ ਬੀ ਟੇਕਨ ਜੀ। ਬੱਚੇ ਦੀ ਗੱਲ ਕਰਨੀ ਤਾਂ ਬੱਚੇ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ? ਬੱਚਾ ਠੀਕ ਹੈ? ਬੱਚਾ ਨਾਰਮਲ ਹੈ ਜੀ, ਉਹਦੇ ਵਾਈਟਲ ਸਟੈਟ ਸਾਰੇ ਨਾਰਮਲ ਹੈ, ਬੱਚਾ ਬਿਸਕਿਟ ਖਾ ਰਿਹਾ, ਬੱਚੇ ਨੇ ਫੀਡ ਵੀ ਲੱਤੀ ਹੈ, ਦੁੱਧ ਲੱਤਾ, ਬੱਚਾ ਨਾਰਮਲ ਹੈ। ਬਟ ਸਲਮ ਏਰੀਆਜ਼ ਉੱਥੇ ਜਿਹੜੇ ਹੋਣਗੇ ਉਹ ਬੱਚਾ ਉੱਥੇ ਖੇਲ ਰਿਹਾ ਹੋਏਗਾ ਉਹ ਨਹੀਂ ਪਤਾ, ਤਾਂ ਥੋੜ੍ਹਾ ਜਿਹਾ ਟਰਾਮਾ 'ਚ, ਬਟ ਹੀ ਇਜ਼ ਆਲ ਰਾਈਟ। ਮੰਡੀ 'ਚ ਕੋਈ ਪੁਰਾਣਾ ਕਦੀ ਹੈਂਡ ਪੰਪ ਹੋਏਗਾ ਜਿਹੜਾ ਹੈਂਡ ਪੰਪ ਕੱਢ ਲਿਆ ਗਿਆ ਤਾਂ ਉਹਨੂੰ ਚੰਗੀ ਤਰ੍ਹਾਂ ਭਰਿਆ ਨਹੀਂ ਗਿਆ ਸੀ, ਜਿਹੜਾ ਖਾਲੀ ਸੀ ਮਿੱਟੀ ਤਾਂ ਸੀਗੀ ਉਹਦੇ ਨੀਚੇ ਪਰ ਉਹ ਨਜ਼ਰ ਨਹੀਂ ਆ ਰਿਹਾ ਸੀ। ਵਕਤ ਨਾਲ ਨਰਮ ਹੋ ਗਈ ਮਿੱਟੀ, ਉਹ ਨੀਚੇ ਚਲੀ ਗਈ, ਬੱਚਾ ਉੱਪਰ ਖੇਲ ਰਿਹਾ ਹੋਏਗਾ ਔਰ ਬੱਚਾ ਇੱਕਦਮ ਵਿੱਚ ਚਲਾ ਗਿਆ। ਬੱਚਾ ਤਕਰੀਬਨ 15 ਫਿਟ ਦੀ ਗਹਿਰਾਈ 'ਤੇ ਚਲਾ ਗਿਆ ਸੀ ਅਤੇ ਜਿਸ ਤਰ੍ਹਾਂ ਹੀ ਸਾਨੂੰ ਪਤਾ ਲੱਗਿਆ ਸੀ ਨਾਲ ਦੀ ਨਾਲ NDRF ਟੀਮ, ਆਰਮੀ ਟੀਮਸ, ਲਾਈਟਸ ਵਗੈਰਾ ਦਾ ਇੰਤਜ਼ਾਮ, ਸਾਰਾ ਇੰਤਜ਼ਾਮ ਕਰ ਲਿਆ ਸੀ। ਇਨ ਦਾ ਮੀਨ ਟਾਈਮ ਮੈਂ ਬੋਬਲੀ ਸਾਹਿਬ ਨੂੰ ਕਿਹਾ ਕਿ ਤੁਸੀਂ ਉੱਥੇ ਫਟਾਫਟ ਪਹੁੰਚੋ, ਜਾ ਕੇ ਜੋ ਵੀ ਫਾਇਰ ਵਾਲੇ ਹੈਗੇ ਜੇ ਉਹ ਕਰਕੇ JCB ਲਗਾ ਕੇ ਨਾਲ ਦੀ ਨਾਲ ਕਰੇ, ਸੋ ਦੈਟ ਫਸਟ ਏਡ ਅਸੀਂ ਉਹਨੂੰ ਦੇਣੀ ਸ਼ੁਰੂ ਕਰੀਏ, ਬਿਕੋਜ਼ ਅਸੀਂ ਨਾਲ ਦੀ ਨਾਲ ਉਹਦਾ ਆਕਸੀਜਨ ਦਾ ਇੰਤਜ਼ਾਮ, ਐਂਬੂਲੈਂਸ ਲਾਈਟ ਫੂਡ ਸਾਰੇ ਇੰਤਜ਼ਾਮ ਕਰ ਲਏ ਸੀ। ਕਮੀ ਹੈ ਕਿਧਰੇ ਕਿਧਰੇ ਕਿਤੇ ਕਿਸੇ ਲਾਪਰਵਾਹੀ ਨਜ਼ਰ ਆਈ ਹੈ ਇਸ? ਅਸੀਂ ਇਨਕੁਆਇਰੀ ਮੈਜਿਸਟਰੀਅਲ ਇਨਕੁਆਇਰੀ ਮੰਗ ਕਰਦੇ ਹਾਂ ਜੀ, SDM ਸਾਹਿਬ ਇਨਕੁਆਇਰੀ ਕਰਕੇ ਦੱਸਣਗੇ ਜੇ ਕਿਸੇ ਦੀ ਇੱਥੇ ਹੈਗੀ ਕਮੀ, ਅਸੀਂ ਰਿਸਪੋਂਸਿਬਿਲਟੀ ਵਿਲ ਬੀ ਫਿਕਸ ਐਂਡ ਐਕਸ਼ਨ ਵਿਲ ਬੀ ਟੇਕਨ ਜੀ। ਬੱਚੇ ਦੀ ਗੱਲ ਕਰਨੀ ਤਾਂ ਬੱਚੇ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ? ਬੱਚਾ ਠੀਕ ਹੈ? ਬੱਚਾ ਨਾਰਮਲ ਹੈ ਜੀ, ਉਹਦੇ ਵਾਈਟਲ ਸਟੈਟ ਸਾਰੇ ਨਾਰਮਲ ਹੈ, ਬੱਚਾ ਬਿਸਕਿਟ ਖਾ ਰਿਹਾ, ਬੱਚੇ ਨੇ ਫੀਡ ਵੀ ਲੱਤੀ ਹੈ, ਦੁੱਧ ਲੱਤਾ, ਬੱਚਾ ਨਾਰਮਲ ਹੈ। ਬਟ ਸਲਮ ਏਰੀਆਜ਼ ਉੱਥੇ ਜਿਹੜੇ ਹੋਣਗੇ ਉਹ ਬੱਚਾ ਉੱਥੇ ਖੇਲ ਰਿਹਾ ਹੋਏਗਾ ਉਹ ਨਹੀਂ ਪਤਾ, ਤਾਂ ਥੋੜ੍ਹਾ ਜਿਹਾ ਟਰਾਮਾ 'ਚ, ਬਟ ਹੀ ਇਜ਼ ਆਲ ਰਾਈਟ। ਮੰਡੀ 'ਚ ਕੋਈ ਪੁਰਾਣਾ ਕਦੀ ਹੈਂਡ ਪੰਪ ਹੋਏਗਾ ਜਿਹੜਾ ਹੈਂਡ ਪੰਪ ਕੱਢ ਲਿਆ ਗਿਆ ਤਾਂ ਉਹਨੂੰ ਚੰਗੀ ਤਰ੍ਹਾਂ ਭਰਿਆ ਨਹੀਂ ਗਿਆ ਸੀ, ਜਿਹੜਾ ਖਾਲੀ ਸੀ ਮਿੱਟੀ ਤਾਂ ਸੀਗੀ ਉਹਦੇ ਨੀਚੇ ਪਰ ਉਹ ਨਜ਼ਰ ਨਹੀਂ ਆ ਰਿਹਾ ਸੀ। ਵਕਤ ਨਾਲ ਨਰਮ ਹੋ ਗਈ ਮਿੱਟੀ, ਉਹ ਨੀਚੇ ਚਲੀ ਗਈ, ਬੱਚਾ ਉੱਪਰ ਖੇਲ ਰਿਹਾ ਹੋਏਗਾ ਔਰ ਬੱਚਾ ਇੱਕਦਮ ਵਿੱਚ ਚਲਾ ਗਿਆ। ਬੱਚਾ ਤਕਰੀਬਨ 15 ਫਿਟ ਦੀ ਗਹਿਰਾਈ 'ਤੇ ਚਲਾ ਗਿਆ ਸੀ ਅਤੇ ਜਿਸ ਤਰ੍ਹਾਂ ਹੀ ਸਾਨੂੰ ਪਤਾ ਲੱਗਿਆ ਸੀ ਨਾਲ ਦੀ ਨਾਲ NDRF ਟੀਮ, ਆਰਮੀ ਟੀਮਸ, ਲਾਈਟਸ ਵਗੈਰਾ ਦਾ ਇੰਤਜ਼ਾਮ, ਸਾਰਾ ਇੰਤਜ਼ਾਮ ਕਰ ਲਿਆ ਸੀ। ਇਨ ਦਾ ਮੀਨ ਟਾਈਮ ਮੈਂ ਬੋਬਲੀ ਸਾਹਿਬ ਨੂੰ ਕਿਹਾ ਕਿ ਤੁਸੀਂ ਉੱਥੇ ਫਟਾਫਟ ਪਹੁੰਚੋ, ਜਾ ਕੇ ਜੋ ਵੀ ਫਾਇਰ ਵਾਲੇ ਹੈਗੇ ਜੇ ਉਹ ਕਰਕੇ JCB ਲਗਾ ਕੇ ਨਾਲ ਦੀ ਨਾਲ ਕਰੇ, ਸੋ ਦੈਟ ਫਸਟ ਏਡ ਅਸੀਂ ਉਹਨੂੰ ਦੇਣੀ ਸ਼ੁਰੂ ਕਰੀਏ, ਬਿਕੋਜ਼ ਅਸੀਂ ਨਾਲ ਦੀ ਨਾਲ ਉਹਦਾ ਆਕਸੀਜਨ ਦਾ ਇੰਤਜ਼ਾਮ, ਐਂਬੂਲੈਂਸ ਲਾਈਟ ਫੂਡ ਸਾਰੇ ਇੰਤਜ਼ਾਮ ਕਰ ਲਏ ਸੀ। ਕਮੀ ਹੈ ਕਿਧਰੇ ਕਿਧਰੇ ਕਿਤੇ ਕਿਸੇ ਲਾਪਰਵਾਹੀ ਨਜ਼ਰ ਆਈ ਹੈ ਇਸ? ਅਸੀਂ ਇਨਕੁਆਇਰੀ ਮੈਜਿਸਟਰੀਅਲ ਇਨਕੁਆਇਰੀ ਮੰਗ ਕਰਦੇ ਹਾਂ ਜੀ, SDM ਸਾਹਿਬ ਇਨਕੁਆਇਰੀ ਕਰਕੇ ਦੱਸਣਗੇ ਜੇ ਕਿਸੇ ਦੀ ਇੱਥੇ ਹੈਗੀ ਕਮੀ, ਅਸੀਂ ਰਿਸਪੋਂਸਿਬਿਲਟੀ ਵਿਲ ਬੀ ਫਿਕਸ ਐਂਡ ਐਕਸ਼ਨ ਵਿਲ ਬੀ ਟੇਕਨ ਜੀ। ਬੱਚੇ ਦੀ ਗੱਲ ਕਰਨੀ ਤਾਂ ਬੱਚੇ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ? ਬੱਚਾ ਠੀਕ ਹੈ? ਬੱਚਾ ਨਾਰਮਲ ਹੈ ਜੀ, ਉਹਦੇ ਵਾਈਟਲ ਸਟੈਟ ਸਾਰੇ ਨਾਰਮਲ ਹੈ, ਬੱਚਾ ਬਿਸਕਿਟ ਖਾ ਰਿਹਾ, ਬੱਚੇ ਨੇ ਫੀਡ ਵੀ ਲੱਤੀ ਹੈ, ਦੁੱਧ ਲੱਤਾ, ਬੱਚਾ ਨਾਰਮਲ ਹੈ। ਬਟ ਸਲਮ ਏਰੀਆਜ਼ ਉੱਥੇ ਜਿਹੜੇ ਹੋਣਗੇ ਉਹ ਬੱਚਾ ਉੱਥੇ ਖੇਲ ਰਿਹਾ ਹੋਏਗਾ ਉਹ ਨਹੀਂ ਪਤਾ, ਤਾਂ ਥੋੜ੍ਹਾ ਜਿਹਾ ਟਰਾਮਾ 'ਚ, ਬਟ ਹੀ ਇਜ਼ ਆਲ ਰਾਈਟ।